ਜੱਗ ਸੇਖ ਦੇਖ ਰਹੇ ਸਾਰੇ ਦੋਸਤੋ ਮਿੱਤਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਹੈਗਾ ਵੀ ਕਿਸਾਨ ਸੰਘਰਸ਼ ਚੱਲ ਰਿਹਾ ਉਸ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵੀ ਆਪਣੇ ਆਪਣੇ ਲੈਵਲ ਤੇ ਜਿਵੇਂ ਕਿਸਾਨਾਂ ਦੀ ਸਪੋਰਟ ਕਰਨ ਵਾਸਤੇ ਮਹਾਪੰਚਾਇਤਾਂ ਦਾ ਅ ਸ਼ੁਰੂਆਤ ਕਰ ਰਹੀ ਹੈ ਇਸ ਨੂੰ ਲੈ ਕੇ ਬਾਗਾ ਆਪਣਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ 21 ਮਾਰਚ ਨੂੰ ਇੱਕ ਕਿਸਾਨ ਸਮਾਗਮ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਇੱਥੇ ਇਸ ਟਾਈਮ ਅ ਬੁੱਧਰਾਮ ਜੀ ਜਿਹੜੇ ਪਾਰਟੀ ਦੇ ਖਾਸ ਕਰਕੇ ਲੋਕ ਸਭਾ ਹਲਕੇ ਦੇ ਇੰਚਾਰਜ ਲਾਏ ਗਏ ਆ ਤੇ ਉਹਨਾਂ ਦੇ ਨਾਲ ਨਵਦੀਪ ਸਿੰਘ ਸੰਘਾ ਤੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਜੀ ਹੁਣੀ ਤੇ ਸਰਦਾਰ ਅਮਰਤਪਾਲ ਸਿੰਘ ਜੀ ਜਿਹੜੇ ਖਾਸ ਕਰਕੇ ਬਾਗਾਪਰਾ ਹਲਕੇ ਦੇ ਇੰਚਾਰਜ ਵੀ ਲੱਗੇ ਹੋਏ ਆ ਤੇ ਉਹਨਾਂ ਦੇ ਨਾਲ ਰੈਂਪੀ ਮਤਲ ਜੀ ਉਹ ਸਾਰੇ ਇੱਥੇ ਬੈਠੇ ਆਗੇ ਅੱਜ ਇਹਨਾਂ ਦੀ ਮੀਟਿੰਗ ਹੋਈ ਆ ਇਹਨਾਂ ਨਾਲ ਬੁੱਧਰਾਮ ਜੀ ਹੁਣਾਂ ਤੋਂ ਇਸ ਮੀਟਿੰਗ ਦੇ ਸਬੰਧ ਵਿੱਚ ਪੁੱਛਾਂਗੇ ਬੁੱਧਰਾਮ ਜੀ ਤੁਸੀਂ ਇੱਥੇ ਵਿਸ਼ੇਸ਼ ਤੌਰ ਤੇ ਬਾਗਾਪਰਾ ਹਲਕੇ ਦੇ ਪਹੁੰਚੇ ਆ ਅੱਜ ਦਾ ਮੇਨ ਮੁੱਖ ਏਜੰਡਾ ਕੀ ਆ ਤੁਹਾਡਾ ਮੀਟਿੰਗ ਦਾ ਕਬੀਰ ਜੀ ਗੱਲ ਇਹ ਹੈ ਅ 21 ਮਾਰਚ ਨੂੰ ਦਸੀਏ ਜਿਵੇਂ ਕੇਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਤੇ ਸੁਪਰੀਮੋ ਨੇ ਸਾਡੀ ਪਾਰਟੀ ਦੇ ਉਹ ਪੰਜਾਬ ਚ ਆ ਰਹੇ ਨੇ ਵਾਗਾਂ ਪੁਰਾਣਾ ਬਖੇ ਕਾਫੀ ਚਿਰ ਤੋਂ ਡਿਮਾਂਡ ਸੀ ਕਿਸਾਨਾਂ ਵੱਲੋਂ ਵੀ ਸਾਡੇ ਆਪਣੀ ਪਾਰਟੀ ਵੱਲੋਂ ਵੀ ਕਿਉਂਕਿ ਅਸੀਂ ਕਿਸਾਨਾਂ ਦੇ ਹੌਸਲੇ ਬਲੰਦ ਕਰਨ ਵਾਸਤੇ ਜੋ ਲੰਮਾ ਸਮੇਂ ਤੋਂ ਅ ਅੰਦੋਲਨ ਚ ਕਰ ਰਹੇ ਨੇ ਵਾਖਾ ਬਥਾਵਾਂ ਦੇ ਉੱਤੇ ਰੈਲੀਆਂ ਵੀ ਕਰ ਰਹੇ ਸੀਗੇ ਜਾ ਵੀ ਰੇ ਸੀ ਕੇਜਰੀਵਾਲ ਸਾਹਿਬ ਖੁਦ ਆਪ ਸਿੰਘੂ ਬਾਰਡਰ ਦੇ ਉੱਤੇ ਜਾ ਰਹੇ ਸੀਗੇ ਹੌਸਲਾ ਦੇਣ ਵਾਸਤੇ ਤੇ ਸਾਡੇ ਵਰਕਰਾਂ ਦੀ ਡਿਮਾਂਡ ਸੀ ਕਿ ਆਪਾਂ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਸਮਾमेलन ਕਰੀਏ ਜੇ ਇਸ ਤਰ੍ਹਾਂ ਜੁਪੀ ਦੇ ਕਿਸਾਨ ਵੀ केजरीवाल ਸਾਹਿਬ ਨੂੰ ਮਿਲ ਕੇ ਗਏ ਸੀਗੇ ਕੱਲ ਨੂੰ ਮੇਟ ਵਿਖੇ ਵੱਡਾ ਮਹਾ ਸਮਾमेलन ਹੋ ਰਿਹਾ ਹੈ ਉਸ ਦੇ ਮੱਦੇ ਨਜ਼ਰ ਅਸੀਂ 21 ਮਾਰਚ ਨੂੰ ਪੰਜਾਬ ਦੇ ਵਿੱਚ ਵਾਗਾਪੁਰਾਣਾ ਵਿਖੇ ਇੱਕ ਮਹਾ ਕਿਸਾਨ ਸਮਾमेलन ਕਰ ਰਹੇ ਹਾਂ ਤਾਂ ਜੋ ਮੋਦੀ ਸਰਕਾਰ ਨੂੰ ਦੱਸ ਸਕੀਏ ਕਿ ਕੱਲੀਆਂ ਕਿਸਾਨ ਜਥੇਬੰਦੀਆਂ ਨੇ ਉਹਨੇ ਇਹ ਇੱਕ ਜਨ ਅੰਦੋਲਨ ਬਣ ਗਿਆ ਉਹ ਜਨ ਅੰਦੋਲਨ ਦੇ ਵਿੱਚ ਕਿਸਾਨ ਵੀ ਨੇ ਸਾਰੀਆਂ ਪਾਰਟੀਆਂ ਨੇ ਬੀਜੇਪੀ ਤੋਂ ਬਿਨਾ ਔਰ ਮਜ਼ਦੂਰ ਨੇ ਮੁਲਾਜ਼ਮ ਨੇ ਵਪਾਰੀ ਨੇ ਉਹ ਸਾਰਾ ਇੱਕ ਜਨ ਅੰਦੋਲਨ ਦੇ ਰੂਪ ਦੇ ਵਿੱਚ ਜਦੋਂ ਅਸੀਂ ਇਕੱਠ ਕੇ ਮੋਦੀ ਜੀ ਦੇ ਖਿਲਾਫ ਬੋਲਾਂਗੇ ਤਾਂ ਇਹਦਾ ਪ੍ਰਭਾਵ ਪਵੇਗਾ ਕਿ ਕਈ ਕਾਲੇ ਕਾਨੂੰਨ ਰੱਦ ਕੀਤੇ ਜਾਣ ਸੋ ਕਿਸਾਨਾਂ ਦੇ ਹੌਸਲੇ ਨੂੰ ਹੋਰ ਤਿੱਖਾ ਕਰਨ ਵਾਸਤੇ ਉਹਨਾਂ ਨੂੰ ਹੋਰ ਹਲਾਰਾ ਦੇਣ ਵਾਸਤੇ ਅਸੀਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਵੱਲੋਂ ਸੁਪਰੀਮੋ ਰਵਿੰਦ ਕੇਜਰੀਵਾਲ ਦੀ ਗਵਾਈ ਹੇਠ ਇੱਥੇ ਮਾਸ ਬਿਲ ਬਣਾਇਆ ਸਾਰੇ ਪੰਜਾਬ ਚੋਂ ਬਾਗਾਪਰਾਣਾ ਚੁਣਨ ਦਾ ਕੀ ਖਾਸ ਕਾਰਨ ਅਸੀਂ ਇਹ ਦੇਖਿਆ ਸੀ ਕਿ ਬਾਗਾਪਰਾਣਾ ਇੱਕ ਕੇਂਦਰ ਪੈਂਦਾ ਜਿੱਥੇ ਅਸੀਂ ਦੁਆਬੇ ਦੇ ਵਿੱਚੋਂ ਵੀ ਮਾਝੇ ਦੇ ਵਿੱਚੋਂ ਵੀ ਮਾਲਵੇ ਦੇ ਵਿੱਚੋਂ ਵੀ ਲਗਭਗ ਅਸੀਂ ਸਾਰਿਆਂ ਤੋਂ ਬਰਾਬਰ ਇੱਥੇ ਜਿੱਕੋ ਜਾ ਪੈਂਦਾ ਹੈਗਾ ਤੇ ਸੈਂਟਰ ਪੁਆਇੰਟ ਜਆ ਚੁਣਿਆ ਤੇ ਉਹ ਮਾਰਕੀਟ ਦੀ ਜਿਹੜੀ ਮੰਡੀ ਹੈ ਅਸੀਂ ਅਨਾਜ ਮੰਡੀ ਹੈ ਉਹ ਵੀ ਸੂਟੇਬਲ ਹੈ ਇੱਥੇ ਇਸ ਕਰਕੇ ਅਸੀਂ ਇਹ ਚੁਣਿਆ ਤਾਂ ਜੋ ਸਾਰੇ ਪੰਜਾਬ ਦੇ ਹਰੇਕ ਕੋਨੇ ਦੇ ਵਿੱਚੋਂ ਇੱਥੇ ਆ ਕੇ ਬੰਦੇ इजीली ਇੱਥੇ ਪਹੁੰਚ ਸਕਣ ਮਦਰਾਵ ਜੀ ਜਿਵੇਂ ਤੁਸੀਂ ਕਿਸਾਨ ਸਮੇਲਨ ਕਰਨ ਜਾ ਰਹੇ 21 ਮਾਰਚ ਨੂੰ ਪਰ ਉਹ ਕਿਤੇ ਨਾ ਕਿਤੇ ਜਾ ਕੇ ਕਰੋਨਾ ਨੂੰ ਲੈ ਕੇ ਇੱਕ ਸਰਕਾਰ ਨੇ ਪਿਛਲੇ ਦਿਨੀ ਹਗਾਮੀ ਮੀਟਿੰਗ ਬੁਲਾ ਕੇ ਉਹਨਾਂ ਨੇ ਕੁਝ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ 200 ਬੰਦੇ ਤੋਂ ਉਪਰ ਦੇ ਵਜਿੇ ਅਗਰ ਕੋਈ ਫੰਕਸ਼ਨ ਕਰਦਾ ਉਦੋਂ ਵੱਧ ਨਹੀਂ ਹੋਣਗੇ ਤੇ ਤੁਸੀਂ ਇਹ ਸਾਰਾ ਸਮੇਲਨ ਕਿਵੇਂ ਕਰਾਓਗੇ ਅਗਰ ਜੇ ਇਸ ਤਰ੍ਹਾਂ ਦੀਆਂ ਹਦਾਇਤਾਂ ਰਹਿੰਦੀਆਂ ਤਾਂ ਦੇਖੋ ਦੋ ਗੱਲਾਂ ਨੇ ਅਸੀਂ ਤੁਰ ਤੋਂ ਹੀ ਕਹਿੰਦੇ ਰਹੇ ਹਾਂ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਇਹ ਮੋਦੀ ਨਾਲ ਮਿਲਿਆ ਹੋਇਆ ਹੈ ਇਹਨੇ ਉਹ ਗੱਲ ਕਰਨੀ ਆ ਜੋ ਮੋਦੀ ਇਹਦਾ ਆਕਾ ਜਿਹੜਾ ਹੈਗਾ ਇਹਨੂੰ ਹਦਾਇਤ ਕਰਦਾ ਹੈ ਜਦੋਂ ਇਹਨਾਂ ਦੇ ਰੈਲੀਆਂ ਹੁੰਦੀਆਂ ਨੇ ਜਦੋਂ ਬਿਹਾਰ ਦੇ ਵਿੱਚ ਚੋਣ ਹੁੰਦੀ ਹੈ ਜਦੋਂ ਪੱਛਮੀਂਗਾਲ ਚੋਣ ਹੁੰਦੀ ਹੈ ਉਦੋਂ ਪੂਰਾ ਕਰੋਨਾ ਵੀ ਪੂਰਾ ਹਾਈ ਸਪੀਡ ਤੇ ਸੀਗਾ ਉਹ ਤਾਂ ਵੱਡੀਆਂ ਵੱਡੀਆਂ ਰੈਲੀਆਂ ਕਰਦੇ ਨੇ ਇਹ ਪਰੰਤੂ ਜਦੋਂ ਕੋਈ ਹੋਰ ਕਿਸਾਨਾਂ ਦੇ ਹੱਕ ਜਿਗਾ ਕਰਦੇ ਆ ਤੁਸੀਂ ਦੇਖੀ ਆ ਵੀ ਕਿਸਾਨਾਂ ਦੇ ਹੱਕ ਵਿੱਚ ਜਿਹੜੇ ਵੀ ਦਿਸ਼ਾ ਰਵੀ ਵਰਗੀਆਂ ਲੜਕੀਆਂ ਨੌਜਵਾਨ ਲੜਕੀਆਂ ਨੂੰ ਵੀ ਇਹਨਾਂ ਨੇ ਜਿਹੜਾ ਚ ਤੁੰ ਦਿੱਤਾ ਹੈ ਉਦੋਂ ਇਹਨਾਂ ਕਰੋਨਾ ਜ਼ਿਆਦਾ ਜਾਂਦਾ ਹੈ ਸੋ ਇਹ ਜੀ ਕੋਈ ਗੱਲ ਨਹੀਂ ਅਸੀਂ ਬਕਾਇਦਾ ਸਾਡੇ ਪਾਰਟੀ ਵਰਕਰਾਂ ਨੇ ਸਾਡੇ ਇੱਥੋਂ ਦੇ ਜ਼ਿੰਮੇਵਾਰ ਬੰਦਿਆਂ ਨੇ ਦੀ ਸਭ ਨੂੰ ਲਿਖਤੀ ਦਿੱਤਾ ਹੋਇਆ ਹੈ ਉਹਨਾਂ ਦੀ ਜਲਦੀ ਮੈਨੂੰ ਲੱਗਦਾ ਹੈ ਪਰਮਿਸ਼ਨ ਮਿਲ ਜਾਊਗੀ ਤੇ ਅਸੀਂ ਜਦੋਂ ਸਰਕਾਰ ਦੇ ਦੇਖੋ ਸਰਕਾਰ ਦੀਆਂ ਹਦਾਇਤਾਂ ਤਾਂ ਠੀਕ ਨੇ ਹੈਗੀਆਂ ਨੇ ਅਸੀਂ ਵੀ ਚਾਹੁੰਦੇ ਆ ਪਰੰਤੂ ਕਿਸਾਨ ਸਮੇਲਨ ਜਿਹੜਾ ਹੈਗਾ ਉੱਥੇ ਕਿੰਨਾ ਟਿੱਕੂ ਬਾਰਡਰ ਤੇ ਸਿੰਘੂ ਬਾਰਡਰ ਤੇ ਡਿਗਰੀ ਬਾਰਡਰ ਤੇ ਲੱਖਾਂ ਹੀ ਕਿਸਾਨ ਬੈਠੇ ਨੇ ਔਰ ਮੇਰਾ ਖਿਆਲ ਹੈ ਕਰੋਨਾ ਦੇ ਨਾਲ ਕਿਤੇ ਵੀ ਕੋਈ ਕਿਸਾਨ ਦੀ ਇਹ ਜੀ ਕੋਈ ਦੁਰਘਟਨਾ ਨਹੀਂ ਹੋਈ ਤੁਸੀਂ ਆਸ ਕਰਦੇ ਆ ਕਿ ਸਾਡਾ ਇਹ ਸਮਾਗਮ ਜਿਹੜਾ ਹੈਗਾ ਕਿਸਾਨ ਦੇ ਪੱਖੀ ਹੈ ਔਰ ਅਸੀਂ ਇਸ ਨੂੰ ਸਫਲਤਾਪੂਰਕ ਸਿੜਾਂਗੇ। ਉਧਰਾਵ ਜੀ ਸੋਨ ਵਿੱਚ ਆਇਆ ਵੀ ਆਨਲ ਸਰਕਾਰ ਦੀ ਕੋਸ਼ਿਸ਼ ਹੈ ਕੈਪਟਨ ਦੀ ਕੋਸ਼ਿਸ਼ ਹੈਗੀ ਆ ਵੀ 6 ਮਹੀਨੇ ਪਹਿਲਾਂ ਇਲੈਕਸ਼ਨ ਕਰਾ ਦਿੱਤੀ ਜਾਵੇ। ਕੀ ਤੁਹਾਡੀ ਪਾਰਟੀ ਇਸ ਲਈ ਤਿਆਰ ਹੈ? ਦੇਖੋ ਆਮ ਆਦੀ ਪਾਰਟੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਕੈਪਟਨ ਨੂੰ ਪਤਾ ਲੱਗ ਰਿਹਾ ਹੈ ਵੀ ਸਾਡਾ ਮੈਂ ਜਿੰਨੇ ਵੀ ਵਾਅਦੇ ਕੀਤੇ ਸੀਗੇ ਉਹ ਵਾਅਦੇ ਜ ਕੋਈ ਵਾਅਦਾ ਪੂਰਾ ਨਹੀਂ ਕਰ ਸਕਿਆ। ਔਰ ਉਲਟਾ ਵਾਦੇ ਵਾਦੇ ਪੂਰੇ ਕਰਨ ਤੋਂ ਬਿਨਾ 마ਫੀਆ ਪੂਰੀ ਦਣਾ ਇਥੇ ਮਤਲਬ ਕਾਉਂ ਜਾਂ ਬਿਨਾ ਅੱਗੇ ਵਧ ਰਿਹਾ ਹੈ ਭਾਵੇਂ ਉਹ ਟ੍ਰਾਂਸਪੋਰਟ 마ਫੀਆ ਭਾਵੇਂ ਸਿੱਖਿਆ 마ਫੀਆ ਭਾਵੇਂ ਸਿਹਤ 마ਫੀਆ ਭਾਵੇਂ ਲਿਕਰ 마ਫੀਆ ਭਾਵੇਂ ਸੈਂਡ 마ਫੀਆ ਭਾਵੇਂ ਕੇਵਲ 마ਫੀਆ ਭਾਵੇਂ ਟ੍ਰਾਂਸਪੋਰਟ 마ਫੀਆ ਉਹ 마ਫੀਆ ਹੀ ਇਥੇ ਰਾਜ ਕਰ ਰਿਹਾ ਹੈ ਔਰ ਜਿਸ ਨੂੰ ਦੇਖੋ ਜਿਸ ਸੂਬੇ ਦੇ ਵਿੱਚ ਇੱਕ ਗਰੀਬਾਂਵਾ ਦੇ ਬਜੇਫੇ ਖਾਦੇ ਜਾਂਦੇ ਹੁਣ ਔਰ 3-4 ਸਾਲ ਤੋਂ ਗਰੀਬਾਂ ਨੂੰ 5 ਪੈਸੇ ਬਜੇਫੇ ਦਿੱਤੇ ਜਾਂਦੇ ਜਾਣ ਹੁਣ 1,25,000 ਬੱਚਾ ਸਕੂਲਾਂ ਚੋਂ ਹਟ ਗਿਆ ਸ਼ਗਨ ਸਕੀਮ ਦੇ ਡੇਢ ਸਾਲ ਹੋ ਗਿਆ ਕੋਈ ਨਹੀਂ ਪਾਈ ਜਾ ਰਹੀ ਔਰ ਸਭ ਤੋਂ ਵੱਡੀ ਗੱਲ ਕਿ ਅਰਵਿੰਦ ਕੇਜਰੀਵਾਲ ਕੋਲੇ 72 ਲੱਖ ਕਾਰਡ ਸੀ ਉਹਨਾਂ ਨੇ ਕਰੋਨਾ ਦੇ ਵਿੱਚ 10 ਲੱਖ ਕਾਰਡ ਹੋਰ ਬਣਾਏ ਆਟਾ ਦਾਲ ਦੇ ਸਾਡੇ 34 ਲੱਖ ਕਾਰਡ ਸੀ ਇਹਦੇ 3 ਲੱਖ ਕਾਰਡ ਕੱਟਦੇ ਗਰੀਬਾਂ ਦੇ ਕਾਰਡ ਕੱਟੇ ਜਾ ਰਹੇ ਨੇ ਤੇ ਐਦੂ ਭੈੜੀ ਸਰਕਾਰ ਮੈਂ ਕਹਿੰਦਾ ਕੋਈ ਬਿਲਕੁਲ ਨਹੀਂ ਕੋਈ ਦੇਖਣੀ ਜੋ ਲੋਕ ਵਿਰੋਧੀ ਹੈ ਦਲਤ ਵਿਰੋਧੀ ਹੈ ਵਪਾਰੀ ਵਿਰੋਧੀ ਹੈ ਮੁਲਾਜ਼ਮ ਵਿਰੋਧੀ ਹੈ ਕੇ ਪੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਪੈਂਡਿੰਗ ਪਈ ਹੈ ਡੀਏ ਦੀ ਕਿਸ਼ਤਾਂ ਪੈਂਡਿੰਗ ਪਈਆਂ ਨੇ ਅੱਜ ਹਰੇਕ ਵਰਗ ਦੁਖੀ ਹੈ ਅੰਗਣਵੜੀਆ ਦੁਖੀ ਨੇ ਅੱਜ ਹੋਮਗਾਰਡ ਦੇ ਧਰਨਾ ਮਾਰੀ ਬੈਠੇ ਨੇ 3 ਸਾਲ ਤੋਂ ਸਾਰੇ ਮਲਾਜਮਾਂ ਨਾ ਡਾਕਟਰ ਨੇ ਨਾ ਮਾਸਟਰ ਨੇ ਸਕੂਲਾਂ ਦੇ ਵਿੱਚ ਦਵਾਈ ਮਿਲਦੀ ਨਹੀਂ ਹਰੇਕ ਵਰਗ ਦੁਖੀ ਹੈ ਤੁਸੀਂ ਆਪ ਹੀ ਦੇਖਦੇ ਹੋ ਲਾਂਡ ਆਰਡਰ ਦਾ ਬੁਰਾ ਹਾਲ ਹੈ ਇਹ ਸਾਰਿਆਂ ਨੂੰ ਅਸਫਲਤਾ ਨੂੰ ਦੇਖਦੇ ਜੇ ਸ਼ਾਇਦ ਚਾਹੁੰਦਾ ਹੋਵੇ ਜੇ ਮੈਂ ਹੋਰ ਲੰਮਾ ਲੈ ਗਿਆ ਤਾਂ ਮੇਰੀ ਹੋਰ ਹਾਲਤ ਭੜੀ ਹੋਣੀ ਹੈ ਇੰਟਰਪ੍ਰੈਂਟ ਵੀ ਬਹੁਤ ਹੋ ਰਹੀ ਹੈ ਤੁਸੀਂ ਅੱਜ ਪ੍ਰਗਟ ਸੰਦਰ ਬਿਆਨ ਪੜੀ ਲਿਆ ਸੋ ਇਸ ਕਰਕੇ ਜਦੋਂ ਵੀ ਇਹ ਫੈਸਲਾ ਕਰਨਗੇ ਚੋਣਾ ਦਾ ਸਾਡੀ ਪਾਰਟੀ ਤਿਆਰ ਹੈ ਆਮ ਆਦਮੀ ਪਾਰਟੀ ਆਉਣ ਵਾਲੀਆਂ ਚੋਣਾਂ ਲਈ ਤਿਆਰ ਪ੍ਰਤੀਰ ਬੈਠੀ ਹੈ ਇਹ ਸਨ ਬੋਦਰਾਮ ਜੀ ਜਿਹੜਾ ਇਹਨਾਂ ਨੇ ਆਉਣ ਵਾਲੀ 21 ਮਾਰਚ ਨੂੰ ਜਿਹੜਾ ਕਿਸਾਨ ਸਮਾਗਮ ਕੀਤਾ ਜਾ ਰਿਹਾ ਉਹਦੀਆਂ ਤਿਆਰੀਆਂ ਦੇ ਸਬੰਧ ਵਿੱਚ ਇਹੇ ਤਰ੍ਹਾਂ ਦੇ ਬਗ ਆਪਣਾ ਪਹੁੰਚੇ ਸੀਗੇ ਕੈਮਰਾਮੈਨ ਛੇਪਰੀ ਸਿੰਘ ਦਾ ਨਾਲ ਮੈਂ ਅਤਰ ਲੋਚਨ ਸਿੰਘ ਬਰਾੜ ਬਗ ਆਪਣਾ